ਫਰਮਾਨ ਵਾਲੇ 'ਚ ਮੇਰਾ ਨਾਮ ਹੈ, ਮਾਲੀਆਂ 'ਚ ਮੈਂ ਕੰਮ ਕਰਨਾ, 8-9 ਮੇਰੇ ਬੱਚੀਆਂ ਬੱਚੇ ਨੇ। ਰੋਜ਼ਾਨਾ ਖਰਚਾ ਜੀ 250 ਰੁਪਈਆ ਦਿਹਾੜੀ, ਇਹਦੇ 400 ਰੁਪਈਆ ਖਰਚਾ ਹੋ ਜਾਂਦਾ। ਸਬਜ਼ੀ 100-150 ਦੀ ਸਬਜ਼ੀ ਆ ਜਾਂਦੀ, ਜੁੱਤੀ ਟੁੱਟੀ ਬੱਚੇ ਦੀ ਉਹ ਨਹੀਂ ਹੈਗੀ। ਸਾਡੀ ਸਿਰਫ 250 ਰੁਪਈਆ ਦਿਹਾੜੀ, 250 ਨਾਲ ਟੁੱਕਰ ਪੂਰਾ ਨਹੀਂ ਹੁੰਦਾ ਜਨਾਬ। ਇਹ ਸਾਲ ਬਜਟ ਆ ਰਹੀ ਹੈ ਅਤੇ ਇਹ ਹੁਣ ਸਾਨੂੰ ਗਰੀਬਾਂ ਨੂੰ ਵੀ ਇਹਦੇ 'ਚ ਲੱਭੇਦਾ ਕਿ ਅਮੀਰਾਂ ਲੋਕਾਂ ਲਈ ਹੈ।